ਕਮਾਲ ਆਇਆ ਯਾਰ ਹਾਂਜੀ ਜਿਹੜੇ ਇੱਕ ਫੌਜੀ ਜਵਾਨ ਵੱਲੋਂ ਤੁਹਾਡੇ ਨਾਲ ਵਿਆਹ ਦਾ ਝਾਂਸਾ ਦੇ ਕੇ ਸੰਬੰਧ ਬਣਾਏ ਗਏ ਨੇ ਕੀ ਨਾਂ ਉਹਦਾ ਕੀਮਤੀ ਸਿੰਘ ਸਨ ਆਫ ਮਾਨ ਸਿੰਘ ਪਿੰਡ ਵਾਠ ਤਹਿਸੀਲ ਤੇ ਜ਼ਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਕਿੱਦਾਂ ਤੁਸੀਂ ਉਹਦੇ ਸੰਪਰਕ 'ਚ ਆਏ ਜੀ ਮੈਂ ਇੱਕ ਫੋਨ ਦੇ ਜ਼ਰੀਏ ਉਹਦੇ ਸੰਪਰਕ ਵਿੱਚ ਆਈ ਸੀ ਫੋਨ ਕਰਕੇ ਤੁਹਾਨੂੰ ਕੀ ਕਹਿੰਦਾ ਇਹ ਫੋਨ ਕਰਕੇ ਮੈਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਆਪਾਂ ਇੱਕੋ ਕਾਸਟ ਦੇ ਹਾਂ ਮੈਂ ਤੈਨੂੰ ਪਸੰਦ ਕਰਦਾ ਅਤੇ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਵਾਂ ਫਿਰ ਕਿਸ ਢੰਗ ਦੇ ਨਾਲ ਤੁਸੀਂ ਉਹਨੂੰ ਮਿਲਦੇ ਜੇ ਕਿੱਦਾਂ ਤੁਹਾਡੇ ਨਾਲ ਸੰਬੰਧ ਬਣਾਉਂਦਾ ਮੈਂ ਇੱਕ ਦਵਾਈ ਲੈਣ ਗਈ ਸੀ ਸ਼ਹਿਰ ਵਿੱਚ ਅਤੇ ਉੱਥੇ ਆਇਆ ਸੀ ਉੱਥੇ ਅੱਜ ਛੁੱਟੀ ਆਇਆ ਸੀ ਛੁੱਟੀ ਆਣ ਕੇ ਮੈਨੂੰ ਕਹਿੰਦਾ ਕਿ ਆਪਾਂ ਕੌਫੀ ਪੀਣ ਜਾਣੀ ਆ ਅਤੇ ਮੈਂ ਲੱਖ ਮਨਾ ਕੀਤਾ ਕਹਿੰਦਾ ਨਹੀਂ ਕੌਫੀ ਪੀਣ ਜਾਣੀ ਫਿਰ ਇੱਕ ਰੈਸਟੋਰੈਂਟ ਵਿੱਚ ਲੈ ਕੇ ਜਾਂਦਾ ਰੈਸਟੋਰੈਂਟ ਦੇ ਅੰਦਰ ਲੈ ਕੇ ਮੈਂ ਉਹਨੂੰ ਪੁੱਛਿਆ ਕਿ ਇਹ ਕੀ ਕਰਨਾ ਬਸ ਇਹੀ ਕਹਿੰਦਾ ਰਿਹਾ ਕਿ ਆਪਾਂ ਕੌਫੀ ਪੀਣੀ ਕੌਫੀ ਪੀਣੀ ਕੌਫੀ ਪੀਣ ਦੇ ਬਹਾਨੇ ਉਹਨੇ ਮੇਰੇ ਨਾਲ ਜ਼ਬਰਦਸਤੀ ਸੰਬੰਧ ਬਣਾਏ ਥਾਣੇ ਦੇ ਵਿੱਚ ਮੰਨ ਜਾਂਦਾ ਹੈ ਕਿ ਮੇਰੇ ਤੋਂ ਗਲਤੀ ਹੋਈ ਆ ਤੇ ਉਹਦੀ ਫੈਮਿਲੀ ਵੀ ਮੰਨ ਜਾਂਦੀ ਕਿ ਗਲਤੀ ਹੋਈ ਆ ਮੈਂ ਮੈਰਿਜ ਕਰਵਾਉਣਾ ਇਹਦੇ ਨਾਲ ਅਤੇ ਮੈਰਿਜ ਦਾ ਉੱਥੇ ਮੰਨ ਕੇ ਮੈਰਿਜ ਦਾ ਅਤੇ 22 ਦਸੰਬਰ ਨੂੰ ਮੇਰੇ ਨਾਲ ਅੰਗੇਜਮੈਂਟ ਕਰਾ ਲੈਂਦਾ ਹੈ ਅਤੇ 3 ਮਹੀਨਿਆਂ ਦਾ ਮੌਤ ਭਰ ਬਲਨਿਆਂ ਵੱਲੋਂ ਟਾਈਮ ਲਿਆ ਜਾਂਦਾ ਅਤੇ 3 ਮਹੀਨਿਆਂ ਦਾ ਟਾਈਮ ਦੇ ਦਿੰਦੇ ਉਹਦੀ ਫੈਮਿਲੀ ਕਿ ਅਸੀਂ 3 ਮਹੀਨਿਆਂ ਬਾਅਦ ਮੈਰਿਜ ਕਰਵਾ ਲਾਂਗੇ ਅਤੇ 3 ਮਹੀਨਿਆਂ ਤੋਂ ਜ਼ਿਆਦਾ ਟਾਈਮ ਹੋ ਗਿਆ ਜਿਹੜੇ ਕਿ 5 ਮਹੀਨੇ ਹੋ ਗਏ ਆ ਅਤੇ ਨਾ ਤਾਂ ਮੈਰਿਜ ਲਈ ਹਾਂ ਕਰਦੇ ਲਾਰੇ ਲੱਪੇ ਲਾਈ ਜਾਂਦੇ ਅਤੇ ਨਾ ਹੀ ਉਹਦੀ ਫੈਮਿਲੀ ਹੁਣ ਮੇਰਾ ਫੋਨ ਚੱਕਦੀ ਅਤੇ ਨਾ ਉਹ ਮੁੰਡਾ ਮੇਰਾ ਫੋਨ ਚੱਕਦਾ ਹੈ ਜਦੋਂ ਤੁਹਾਡੀ ਇੰਗੇਜਮੈਂਟ ਹੁੰਦੀ ਉਹਨਾਂ ਨਾਲ ਤੁਹਾਡੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੁੰਦੀ ਹਾਂਜੀ ਉਹਨਾਂ ਦੇ ਮੁੰਡੇ ਦੀ ਸਹਿਮਤੀ ਨਾਲ ਉਹਦੀ ਫੈਮਿਲੀ ਦੀ ਸਹਿਮਤੀ ਨਾਲ ਹੀ ਹੁੰਦੀ ਆ ਹੁਣ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਫੋਨ ਨਹੀਂ ਹੁਣ ਕੋਈ ਗੱਲਬਾਤ ਨਹੀਂ ਕਰਦਾ ਫੋਨ ਤੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਗੱਲਬਾਤ ਕਰਦਾ ਕੋਈ ਨਹੀਂ ਕਰਦਾ ਪਹਿਲਾਂ ਕਰਦੇ ਹਾਂਜੀ ਪਹਿਲਾਂ ਕਰਦੇ ਸੀ ਉਹ ਵੀ ਘੱਟ ਹੀ ਉਹਨਾਂ ਦੀ ਮੰਮੀ ਵੀ ਕਰਦੇ ਹੁੰਦੇ ਸੀ ਜਦੋਂ ਪਹਿਲਾਂ ਮੁੰਡਾ ਮੇਰੇ ਨਾਲ ਗੱਲ ਕਰਦਾ ਹੁੰਦਾ ਸੀ ਉਹਦੀ ਮਾਤਾ ਉਹਦੀ ਭੈਣ ਸਾਰਾ ਪਰਿਵਾਰ ਗੱਲ ਕਰਦਾ ਹਾਂਜੀ ਹੈਗੀਆਂ ਸਾਰੇ ਪ੍ਰੂਫ ਮੇਰੇ ਕੋਲ ਹੈਗੇ ਆ ਕੀ ਮੰਗ ਕਰਨੀ ਚਾਹੁੰਦੇ ਪੁਲਿਸ ਪ੍ਰਸ਼ਾਸਨ ਕੋਲ ਪੰਜਾਬ ਸਰਕਾਰ ਕੋਲ ਮੇਰੀ ਇਹੀ ਮੰਗ ਆ ਕਿ ਜਿੱਦਾਂ ਮੇਰੇ ਨਾਲ ਧੋਖਾ ਆ ਮੇਰੇ ਨਾਲ ਮੇਰੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਗਿਆ ਗਾਂ ਕਿਸੇ ਦੀ ਧੀ ਭੈਣ ਨਾਲ ਕੋਈ ਫੌਜੀ ਮੁੰਡਾ ਖਿਲਵਾੜ ਨਾ ਕਰੇ ਅਤੇ ਇਹੀ ਹੈ ਮੰਗ ਮੇਰੀ ਆ ਕਿ ਮੁੰਡੇ ਖਿਲਾਫ਼ ਅਤੇ ਉਹਦੀ ਫੈਮਿਲੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਇੱਕ ਤੁਹਾਡੇ ਕੋਲ ਮਾਮਲਾ ਆਇਆ ਇੱਕ ਲੜਕੀ ਆ ਉਹ ਇੱਕ ਫੌਜ ਦਾ ਜਵਾਨ ਆ ਉੱਤੇ ਇਲਜ਼ਾਮ ਲਾ ਰਹੀ ਆ ਕਿ ਉਹਨੇ ਮੇਰੇ ਨਾਲ ਪ੍ਰੇਮ ਦਾ ਸੰਬੰਧ ਬਣਾਏ ਆ ਝਾਂਸੇ 'ਚ ਲੈ ਕੇ ਅਤੇ ਹੁਣ ਮੇਰੇ ਨਾਲ ਮੰਗਣੀ ਕਰਾਈ ਜਦੋਂ ਮੈਂ ਪੁਲਿਸ ਨੂੰ ਦਰਖਾਸਤ ਦਿੱਤੀ ਆ ਅਤੇ ਹੁਣ ਵਿਆਹ ਕਰਾਉਣ ਤੋਂ ਭੱਜ ਰਿਹਾ ਸਰ ਕੀ ਮਾਮਲਾ ਪੂਰਾ ਇਹ ਸਾਡੇ ਕੋਲ ਇੱਕ ਲੜਕੀ ਵੀ ਆ ਅਤੇ ਉਹਦੀ ਜਿਹੜੀ ਕੰਪਲੇਂਟ ਆਈ ਸੀ ਉਸ 'ਤੇ ਜਿਹੜਾ ਅਸੀਂ ਉਹਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਸੀ ਲੜਕੀ ਵਾਲੇ ਪਾਰਟੀ ਨੂੰ ਅਤੇ ਬੁਲਾ ਕੇ ਅਤੇ ਉਹਨਾਂ ਨੂੰ ਦੱਸਿਆ ਗਿਆ ਵੀ ਉਹਨਾਂ ਜਿਹੜਾ ਮੁੰਡਾ ਫੌਜੀ ਹੈ ਅਤੇ ਉਹ ਹਜੇ ਜਿਹੜਾ ਡਿਊਟੀ 'ਤੇ ਆ ਅਤੇ ਛੁੱਟੀ ਦੇ ਆਉਣ 'ਤੇ ਜਿਹੜਾ ਕਿ ਉਹਨਾਂ ਨਾਲ ਬਿਠਾ ਕੇ ਜਿਹੜਾ ਫੈਸਲਾ ਜਿਹੜਾ ਕਰਾਇਆ ਜਾਵੇਗਾ ਸਰ ਉਹਨਾਂ ਦਾ ਪਰਿਵਾਰ ਦਾ ਕਹਿਣਾ ਸੀ ਕਿ ਜਦੋਂ ਪਹਿਲਾਂ ਫੈਸਲਾ ਹੋਇਆ ਵਾ ਉਹ 3 ਮਹੀਨੇ ਦਾ ਸਮਾਂ ਲਿਆ ਸੀ ਉਹ ਸਮਾਂ ਲੰਘ ਗਿਆ ਉਹਨਾਂ ਦਾ ਇਸ ਚੀਜ਼ ਬਾਰੇ ਪਤਾ ਪਰ ਉਹਨਾਂ ਦੇ ਪਰਿਵਾਰ ਨੇ ਤਾਂ ਇਹੀ ਕਿਹਾ ਵੀ ਅਸੀਂ ਵਿਆਹ ਦੀ ਮੰਗਣੀ ਕੀਤੀ ਹੈ ਵੀ ਵਿਆਹ ਵੀ ਕਰਨਾ ਵਾ ਅਤੇ ਮੁੰਡੇ ਦੇ ਆਉਣ 'ਤੇ ਜਿਹੜਾ ਜੋ ਵੀ ਅਸੀਂ ਅੱਗੇ ਵੀ ਵਿਆਹ ਦੇ ਬਾਰੇ ਜਿਹੜਾ ਸਿਰ ਕੀਤਾ ਜਾਊਗਾ ਜੇ ਨਹੀਂ ਉਹ ਫੌਜੀ ਦਾ ਵਿਆਹ ਕਰਵਾਉਣ ਤੋਂ ਭੱਜਦਾ ਫਿਰ ਆਪਣੇ ਨਾਲ ਕੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਸੀਂ ਦੇਖਾਂਗੇ ਇਸ ਦੇ ਵਿੱਚ ਫਿਰ ਦੇਖਾਂਗੇ ਵੀ ਮੈਰਿਟ 'ਤੇ ਵੀ ਇਹਦੇ ਵਿੱਚ ਕੀ ਬਣਦਾ ਸਾਡੇ ਵੱਲੋਂ ਜੇ ਸਾਡੇ ਵੱਲੋਂ ਕੋਈ ਕਾਰਵਾਈ ਬਣਦੀ ਹੋਏਗੀ ਜਿਹੜੀ ਉਹ ਕੀਤੀ ਜਾਊਗੀ ਧੰਨਵਾਦ